ਜੀ ਸਾਰੇ ਪੰਜਾਬ ਦੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਜਿਹੜੇ ਮੇਰੇ ਭੈਣ ਭਰਾ ਪੰਜਾਬ ਪੁਲਿਸ ਦਾ ਪੇਪਰ ਦੇ ਰਹੇ ਨੇ ਉਹਨਾਂ ਦਾ ਮਾਲਵਾ ਬੈਡ ਲਾਈਫ ਪੇਜ ਤੇ ਬਹੁਤ ਬਹੁਤ ਸਵਾਗਤ ਹੈ ਕਿਉਂਕਿ ਖਾਸ ਕਰਕੇ ਪੇਜ ਜਿਹੜਾ ਪੰਜਾਬ ਪੁਲਿਸ ਲਈ ਬਣਿਆ ਤੇ ਮੇਰਾ ਫਰਜ਼ ਬੰਦਾ ਹੈ ਕਿ ਮੈਂ ਤੁਹਾਨੂੰ ਇੱਕ ਮੈਸੇਜ ਦਵਾਂ ਮਤਲਬ ਕਹਿਣ ਦਾ ਭਾਵ ਪੇਪਰ ਦੇ ਬਾਰੇ ਥੋੜਾ ਜਿਹਾ ਰਿਵਿਊ ਕਰਾਂ ਵੀ ਤੁਸੀਂ ਕਿੱਦਾਂ ਪੇਪਰ ਦੀ ਤਿਆਰੀ ਕਰਨੀ ਸ਼ੁਰੂ ਕਰੋ ਦਿਨ ਦੀ ਸ਼ੁਰੂਆਤ ਕਿੱਦਾਂ ਕਰਨੀ ਹੈ ਤੇ ਦਿਨ ਦਾ ਅਖੀਲਾਤ ਪਲ ਕਿਵੇਂ ਲੰਘਾਣਾ ਹੈ ਠੀਕ ਹੈ ਜੀ ਸੋ ਆਪਾਂ ਸਵੇਰੇ ਉੱਠਣਾ ਹੈ ਤੇ ਸਵੇਰੇ 4 ਵਜੇ ਉੱਠਣ ਦੀ ਕੋਸ਼ਿਸ਼ ਕਰਨੀ ਹੈ ਤੇ ਰਾਤੀ 9 ਵਜੇ ਸੌਣ ਦੀ ਕੋਸ਼ਿਸ਼ ਕਰਨੀ ਹੈ ਇਹ ਮੈਂ ਕਿਉਂ ਕਹਿ ਰਿਹਾ ਸਟਾਰਵੇਜੇ ਉੱਠ ਕੇ ਤੁਸੀਂ ਸਿਰਫ 2 ਘੰਟੇ ਪੜ੍ਹਨਾ ਹੈ ਠੀਕ ਹੈ ਜੀ 4 ਤੋਂ ਲੈ ਕੇ ਤੁਸੀਂ 6 ਵਜੇ ਤੱਕ ਤੁਸੀਂ ਕੋਈ ਵੀ ਸਬਜੈਕਟ ਜਿਹੜਾ ਹੈਗਾ ਇੱਕ ਪੜ੍ਹ ਸਕਦੇ ਹੋ 6 ਵਜੇ ਤੋਂ ਬਾਅਦ ਤੁਸੀਂ ਗਰਾਊਂਡਾਂ ਵਿੱਚ ਉਤਰ ਜਾਣਾ ਕਿਉਂਕਿ ਉਸ ਵੇਲੇ ਠੰਡ ਵੀ ਘਟ ਜਾਂਦੀ ਹੈ ਤੇ ਧੁੰਦ ਵੀ ਜਿਹੜੀ ਲਹਿ ਜਾਂਦੀ ਹੈ ਕਿਉਂਕਿ ਸਰਦੀਆਂ ਦਾ ਮੌਸਮ ਹੈ ਤੁਹਾਨੂੰ ਪਤਾ ਹੈ ਹਨਾ ਜੀ ਤੇ 6 ਵਜੇ ਤੋਂ ਬਾਅਦ ਤੁਸੀਂ ਜਿਹੜਾ ਗਰਾਊਂਡਾਂ ਵਿੱਚ ਪੁੱਜ ਜਾਣਾ ਹੈ ਤੇ 6 ਤੋਂ ਲੈ ਕੇ 8 ਵਜੇ ਤੱਕ ਤੁਸੀਂ ਉੱਥੇ ਰਨਿੰਗ ਤੇ ਆਪਣੀ ਬੈਸਟ ਐਕਸਰਸਾਈਜ਼ ਦੀ ਪਰਫਾਰਮੈਂਸ ਕਰਨੀ ਹੈ ਉਸ ਦਾ ਕਾਰਨ ਕੀ ਹੈ ਮੇਰੇ ਵੀ ਲੋ ਸਾਰਾ ਦਿਨ ਤੁਹਾਡਾ ਐਨਰਜੈਟਿਕ guzrega ਠੀਕ ਹੈ ਜੀ ਇੰਨੀ એનર્ਜੀ ਹੋ ਜਾਵੇਗੀ ਤੁਸੀਂ ਸਿਰਫ ਖਾਣਾ ਖਾਣਾ ਆਪਣੇ ਪੇਟ ਨੂੰ ਮਤਲਬ ਆਰਾਮ ਦੇਣ ਲਈ ਤੇ ਨਾਲ ਪੜਨਾ ਬਾਸ ਦੋ ਚੀਜ਼ਾਂ ਤੁਸੀਂ ਕਰਨੀਆਂ ਹੈ ਤੇ ਬਾਕੀ ਦੁਪਹਿਰ ਤੇ ਜਿਹੜਾ ਹੈਗਾ ਸ਼ਾਮ ਦੇ ਟਾਈਮ ਤੱਕ ਤੁਸੀਂ ਆਪਣਾ ਮੈਥ ਵਗੈਰਾ ਕੰਪਲੀਟ ਕਰੋ ਦੁਪਹਿਰ ਦੇ ਟਾਈਮ ਤੁਸੀਂ ਥੋਪੇ ਬੈਠ ਕੇ ਮੈਥ ਦੀਆਂ ਪ੍ਰੋਬਲਮ ਸੋਲਵ ਕਰੋ ਕੋਈ ਥਿਊਰੀ ਵਰਕ ਨਾ ਕਰੋ ਠੀਕ ਹੈ ਜੀ ਇਹਦੇ ਰੀਜ਼ਨਿੰਗ ਕਰੋ ਕਿਉਂਕਿ ਇਹ ਦੋ ਚੀਜ਼ਾਂ ਤੁਹਾਨੂੰ ਜਿਹੜੀਆਂ ਹੈਗੇ ਨੀਂਦ ਨਹੀਂ ਆਣ ਦੇਣਗੀਆਂ ਤੁਹਾਡਾ ਦਿਮਾਗ ਮਤਲਬ ਕੈਲਕੂਲੇਸ਼ਨਸ ਤੇ ਲਾਈ ਰੱਖਣੀ ਹੈ ਠੀਕ ਹੈ ਜੀ ਤੇ ਬਾਕੀ ਈਵਨਿੰਗ ਟਾਈਮ ਜਿਹੜਾ ਹੈਗਾ ਤੁਹਾਡੇ ਕੋਲ ਮਤਲਬ ਕਿ ਸ਼ਾਮ ਪੂਰੀ ਹੋ ਜਾਂਦੀ ਹੈ ਉਸ ਟਾਈਮ ਜਿਹੜੇ ਮੇਰੇ ਵੀ ਸਵੇਰੇ ਨਹੀਂ ਰਨਿੰਗ ਕਰ ਸਕਦੇ ਉਹ ਕਰ ਸਕਦੇ ਹੋ ਉਸ ਟਾਈਮ ਰਨਿੰਗ ਨਹੀਂ ਤਾਂ ਉਸ ਟਾਈਮ ਤੁਸੀਂ ਕੀ ਕਰਨਾ ਹੈ ਇੰਗਲਿਸ਼ ਜਾਂ ਪੰਜਾਬੀ ਦਾ ਸਬਜੈਕਟ ਨੂੰ ਰਿਵਾਈਜ਼ ਕਰਨਾ ਹੈ ਠੀਕ ਹੈ ਜੀ ਉਹ ਟਾਈਮ ਸਾਮਣੋਂ ਬੈਟਰ ਹੋਊਗਾ ਕਿਉਂਕਿ ਉਸ ਟਾਈਮ ਬੰਦਾ ਆਪਣੇ ਅਕੋਰਡਿੰਗ ਮਤਲਬ ਕਿ ਮਨੋਰੰਜਨ ਦੇ ਹਿਸਾਬ ਨਾਲ ਤੁਸੀਂ ਪੜ੍ਹਨਾ ਹੈ ਨਾ ਤੁਹਾਨੂੰ ਜਿਆਦਾ ਸਟ्रेस ਹੋਣਾ ਚਾਹੀਦਾ ਈਵਨਿੰਗ ਟਾਈਮ ਸਿਰਫ ਤੁਸੀਂ ਇੰਜੋਏਮੈਂਟ ਕਰਦੇ ਹੋ ਉਹ ਸਬਜੈਕਟ ਕੰਪਲੀਟ ਕਰਨਾ ਹੈ ਠੀਕ ਹੈ ਜੀ ਜਿਹੜੇ ਮੇਰੇ ਵੀ ਉਸ ਟਾਈਮ ਨਹੀਂ ਕਰ ਸਕਦੇ ਫਿਰ ਉਹ ਰਾਤ ਦੇ ਟਾਈਮ ਕਰਨ ਇਹ ਸਬਜੈਕਟ ਤੇ ਉਸ ਟਾਈਮ ਜਿਹੜਾ ਹੈਗਾ ਸਵੇਰ ਦੇ ਟਾਈਮ ਤੁਸੀਂ ਪੋਲੀਟਿਕ ਸਬਜੈਕਟ ਨੂੰ ਜ਼ਰੂਰ ਕਰੋ ਤੇ ਜਾਂ ਫਿਰ ਕੋਈ ਜਰਨਲ ਅਵੇਅਰਨੈਸ ਦੇ ਜਿਹੜੇ ਸਬਜੈਕਟ ਆ ਸਵੇਰ ਦੇ ਟਾਈਮ ਕਰੋ ਠੀਕ ਹੈ 4 ਵਜੇ ਦੇ ਜਿਹੜੇ ਮੈਂ ਤੁਹਾਨੂੰ ਕਿਹਾ ਕਿਉਂਕਿ ਉਹ ਜ਼ਿਆਦਾ ਟਾਈਮ ਰੀਡ ਰਹਿਣਗੇ ਠੀਕ ਹੈ ਜੀ ਤੇ ਇਦਾਂ ਇਦਾਂ ਕਰਕੇ ਤੁਸੀਂ ਆਪਣਾ ਸ਼ਾਮ ਤੱਕ ਪਲ ਵਧੀਆ ਗੁਜ਼ਾਰਨੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ ਤੁਸੀਂ ਅੱਧਾ ਘੰਟਾ ਘੰਟਾ ਤੁਸੀਂ ਕਰੰਟ ਅਫੇਅਰਜ਼ ਲਈ ਨਿਊਜ਼ ਸੁਣਿਆ ਕਰੋ ਔਨਲਾਈਨ ਠੀਕ ਹੈ ਜੀ ਉਹ ਵੀ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਮੇਨ ਖਬਰਾਂ ਮੁੱਖ ਖਬਰਾਂ ਵੀ ਕੀ ਕੁਝ ਬਦਲਾ ਆਇਆ ਕੀ ਕੁਝ ਨਵੀਂ ਟੈਕਨੋਲੋਜੀ ਆਈ ਇਹ ਚੀਜ਼ਾਂ ਤੁਸੀਂ ਉਸ ਤੇ ਸਿੱਖਣੀ ਹੈ ਜਾਂ ਫਿਰ YouTube ਚੈਨਲ ਦੀ ਹੈਲਪ ਲੈ ਕੇ ਤੁਸੀਂ ਥੋੜਾ ਬੋਲ ਤਾਂ ਉਥੋਂ ਰਿਵਿਊ ਲਓ ਕੀ ਚੀਜ਼ ਆਪਾਂ ਨੂੰ ਪੜ੍ਹਨੀ ਚਾਹੀਦੀ ਹੈ ਕੀ ਨਹੀਂ ਠੀਕ ਹੈ ਜੀ ਕਿਉਂਕਿ ਇਹ ਚੀਜ਼ਾਂ ਸਭ ਮਾਇਨੇ ਕਰਨਗੀਆਂ ਤੁਹਾਨੂੰ ਪੇਪਰ ਦੇ ਟਾਈਮ ਪਤਾ ਚੱਲੇਗਾ ਵੀ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਿਆ ਇਹ ਕੰਮ ਆਇਆ ਕਿ ਨਹੀਂ ਠੀਕ ਹੈ ਜੀ ਤੇ ਮੇਰਾ ਅਜ਼ਮਾਇ ਹੋਇਆ ਤਰੀਕਾ ਨਹੀਂ ਜੀ ਤਾਂ ਕਰਕੇ ਅੱਜ ਅਸੀਂ ਇੱਕ ਪਲੈਟਫਾਰ ਤੇ ਤੁਹਾਨੂੰ ਵੀ ਅਸੀਂ ਸਲਾਮਾਂ ਤਾਂ ਹੀ ਦੇ ਰਹੇ ਆ ਸੋ ਤੁਸੀਂ ਇਹ ਵੀਡੀਓ ਜੇ ਤੁਹਾਨੂੰ ਪਸੰਦ ਆਈ ਤਾਂ ਲਾਈਕ ਜਰੂਰ ਕਰਿਓ ਆਪਣੇ ਫਰੈਂਡਸ ਨੂੰ ਵੀ ਸ਼ੇਅਰ ਕਰਿਓ ਜਿਹੜੇ ਵਿਚਾਰੇ ਤਿਆਰੀ ਕਰ ਰਹੇ ਨੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਇੱਕ ਹਿੱਸਾ ਹੋਣ ਦੇ ਨਾਤੇ ਜੇਕਰ ਤੁਸੀਂ ਇਹ ਰੂਟੀਨ ਫੋਲੋ ਕਰਦੇ ਹੋ ਮੇਬੀ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਐਜ਼ ਅ ਆਫੀਸਰ ਜਾਉਂਗੇ ਸਬ ਇੰਸਪੈਕਟਰ ਜੇ ਅਗਰ ਨਹੀਂ ਫੋਲੋ ਕਰਦੇ ਮਤਲਬ ਕਿ 60% ਜਾਂ 50% ਫੋਲੋ ਕਰਦੇ ਹੋ ਜਿਹੜੇ ਮੇਰੇ ਵੀਰ ਹੈ ਉਹ ਮੈਨੂੰ ਲੱਗਦਾ ਵੀ ਹੋਰ ਇਗਜ਼ਾਮ ਵੀ ਥੋੜੇ ਬੋਤੇ ਕਲੀਅਰ ਕਰ ਸਕਦੇ ਨੇ ਜਿਹੜੇ ਕਿ ਕਨਸਟੇਬਲ ਦਾ ਜਿਹੜਾ ਜੈਨੂਇਨ ਇਗਜ਼ਾਮ ਹੁੰਦਾ ਈਜ਼ੀ ਇਗਜ਼ਾਮ ਠੀਕ ਹੈ ਜੀ ਉਹ ਤੁਸੀਂ 50% ਵੀ ਜੇ ਤੁਸੀਂ ਇਹ ਸ਼ਡਿਊਲ ਫੋਲੋ ਕਰ ਲੋ ਕਰ ਸਕਦੇ ਹੋ ਜਾਂ ਫਿਰ ਕੋਈ ਨਿੱਕੀਆਂ ਮੋਟੀਆਂ ਪੋਸਟਾਂ ਜਿਹੜੀਆਂ ਹੁੰਦੀਆਂ ਜਿਸ ਦੇ ਵਿੱਚ ਸਿਰਫ ਸਰਕਾਰੀ ਨੌਕਰੀ ਤੇ ਮਤਲਬ ਹੈ ਤੁਹਾਨੂੰ ਨਾ ਕੋਈ ਰੈਂਕ ਤੋਂ ਮਤਲਬ ਹੈ ਨਾ ਉਨ ਉਸ ਦੀ ਮਤਲਬ ਕਿ ਉੱਚੇ ਅਹੁਦੇ ਦਾ ਮਤਲਬ ਕਿ ਇਹ ਸਿਸਟਮ ਹੁੰਦਾ ਤੁਹਾਨੂੰ ਕਹੀ ਹੈ ਮੇਰੇ ਵੀਰਾਂ ਨੂੰ ਪਤਾ ਠੀਕ ਹੈ ਜੀ ਸੋ ਜੇ ਅਗਰ ਤੁਸੀਂ 50% ਵੀ ਇਹ ਸ케ਡਿਊਲ ਫੋਲੋ ਕਰੋਗੇ ਤਾਂ ਤੁਸੀਂ ਫਾਈਨਲੀ ਆਪਣੇ ਗਵਰਨਮੈਂਟ ਜੌਬ ਤੱਕ ਪਹੁੰਚ ਸਕਦੇ ਹੋ ਬਾਕੀ ਮੈਂ ਤੁਹਾਨੂੰ ਹੀ ਮੈਸੇਜ ਤਾਂ ਦੇ ਰਿਹਾ ਕਿਉਂਕਿ ਤੁਹਾਡੀ ਲਾਈਫ ਹੈ ਤੁਸੀਂ ਆਪ ਸੋਚਣਾ ਤੇ ਮੈਂ ਤਾਂ ਤੁਹਾਨੂੰ ਇੱਕ ਡਿਸਕਸ਼ਨ ਕਰਦਾ ਹਾਂ ਉਹਨਾਂ ਵੀ ਹਰ ਵੀਡੀਓ ਦੇ ਵਿੱਚ ਮੋਟੀਵੇਸ਼ਨ ਕਰਦਾ ਹਾਂ ਉਹਨਾਂ ਵੀ ਤੁਸੀਂ ਕੁਝ ਨਾ ਕੁਝ ਕਰੋ ਤਾਂ ਕਿ ਤੁਹਾਡਾ ਵੀ ਮਤਲਬ ਨਾਮ ਰੋਸ਼ਨ ਹੋਵੇ ਤੇ ਕਰ ਦਿੰਦਾ ਵੀ ਸੋ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਬਾਕੀ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ